ਸਤਿ ਸ਼੍ਰੀ ਅਕਾਲ ਜੀ, ਮੈਂ ਵੀ ਮਨਜੀਤ, ਤੁਸੀਂ ਦੇਖ ਰਹੇ ਹੋ ਸਿਟੀ ਹੋਮ ਨਿਊਜ਼। ਕਿਸ ਦੀ ਹੋਵੇਗੀ ਹਾਰ ਅਤੇ ਕਿਸ ਦੀ ਬਣੇਗੀ ਸਰਕਾਰ? ਅੱਜ ਅਸੀਂ ਪਹੁੰਚੇ ਹਾਂ ਮੋਚਪੁਰੇ ਦੇ ਵਿੱਚ, ਉੱਥੋਂ ਦੀ ਜਨਤਾ ਨਾਲ ਕਰਦੇ ਹਾਂ ਗੱਲਬਾਤ ਕਿ ਉਹਨਾਂ ਦਾ ਕੀ ਵਿਚਾਰ ਹੈ, ਕਿਹੜੀ ਸਰਕਾਰ ਨੇ ਚੰਗਾ ਕੰਮ ਕੀਤਾ, ਕਿਹੜੀ ਸਰਕਾਰ ਦਾ ਕਿਸ ਤਰ੍ਹਾਂ ਦਾ ਕੰਮ ਰਿਹਾ, ਆਓ ਗੱਲ ਕਰਦੇ ਹਾਂ। ਸਰ, ਅਕੋਰਡਿੰਗ ਟੂ ਬੈਕ ਦੇਖਿਆ ਜਾਵੇ ਤਾਂ ਜਿਹੜੀ ਸਰਕਾਰ ਹੁਣ ਨਵੀਂ ਬਣੀ ਆ, ਆਮ ਆਦਮੀ ਪਾਰਟੀ ਦੀ, ਭਗਵੰਤ ਮਾਨ ਦੀ ਸਰਕਾਰ, ਲੱਗਦਾ ਤਾਂ ਦੇਖਣ ਨੂੰ ਹੈ ਵੀ ਇਹਨਾਂ ਦੇ ਕੰਮ ਵਧੀਆ, ਕਿਉਂਕਿ ਜਿੱਦਾਂ ਬਾਕੀ ਸਰਕਾਰਾਂ ਨੇ ਦੇਖੋ ਪਿਛਲੀ ਵਾਰ ਕਾਫੀ ਕੰਮ ਨਹੀਂ ਕੀਤੇ ਜੋ ਹੁਣ ਪੂਰੇ ਹੋ ਰਹੇ ਆ। ਕਾਂਗਰਸ ਦੇ ਕੀ ਕੰਮ ਕੀਤੇ ਨੇ, ਉਹਨਾਂ ਦੇ ਕੁਛ ਦੱਸ ਕਰਿਓ। ਇਸ ਬਾਰੇ ਨਹੀਂ, ਪਰ ਕੰਮ ਕੀਤੇ ਚੰਗੇ ਕੀਤੇ। ਕੰਮ ਤਾਂ ਸਾਰੇ ਇੱਕੋ ਜਿਹੇ ਨਹੀਂ, ਸਾਰਿਆਂ ਦੇ ਕਰਕੇ ਕੰਮ ਕੋਈ ਵੀ ਕਰਕੇ ਰਾਜੀ ਨਹੀਂ ਆਇਆ। ਆਪਣੇ ਜੇਬਾਂ ਭਾਣੇ ਸਭ ਤਿਆਰ ਬੈਠੇ ਨੇ ਜੀ ਉੱਥੇ ਦੇ ਕਰਕੇ, ਜਿਹਨੂੰ ਮਰਜ਼ੀ ਵੋਟ ਪਾ ਦਿਓ, ਨਾ ਸਾਡੇ ਕੋਲ ਪੁੱਛ ਗਿੱਛ ਹੁੰਦੀ, ਨਾ ਕੋਈ ਸਾਡੇ ਕੁਝ ਕਰਦੇ ਕੁਝ। ਜੀ, ਕੰਮ ਪਹਿਲਾਂ ਵਧੀਆ ਹੋਏ ਨੇ, ਅਕਾਲੀ ਸਰਕਾਰ ਦੇ ਕੰਮ ਵਧੀਆ ਸੀ, ਜਿੰਨਾ ਤੁਸੀਂ ਰੋਡ ਇਨਫਰਾਸਟ੍ਰਕਚਰ ਦੇਖਦੇ ਹੋ ਸਭ ਅਕਾਲੀਆਂ ਦੇ ਟਾਈਮ 'ਤੇ ਬਣਿਆ ਹੋਇਆ। ਦੇਖੋ, ਸਭ ਤੋਂ ਵਧੀਆ ਸਰਕਾਰ ਤਾਂ ਮੈਨੂੰ BJP ਦੀ ਸਭ ਤੋਂ ਵਧੀਆ ਸਰਕਾਰ ਲੱਗੀ ਹੈ ਜੀ। ਜੋ ਇਹਨਾਂ ਨੇ ਕੰਮ ਕੀਤੇ ਨੇ ਸਾਡੇ ਲਈ, ਸਭ ਤੋਂ ਵਧੀਆ ਇਹਨਾਂ ਨੇ ਰਾਮ ਮੰਦਿਰ ਦਾ ਉਪਰਾਲਾ ਕੀਤਾ। 500 ਸਾਲ ਦਾ ਰਾਮ ਮੰਦਿਰ ਜਿਹੜਾ ਇਹ ਲੈ ਕੇ ਆਏ ਨੇ, ਇਹਦੇ ਨਾਲ ਹੀ 70% ਵੋਟ 'ਤੇ ਪੱਕੀ ਕਰ ਚੁੱਕੇ ਨੇ BJP ਵਾਲੇ। ਆਉਣ ਵਾਲੇ ਸਰਕਾਰ ਤਾਂ ਮੋਦੀ ਦੀ ਚਾਹੀਦੀ ਹੈ ਜੀ, ਮੋਦੀ ਦੇ ਟਾਈਮ 'ਤੇ ਬਹੁਤ ਵਧੀਆ ਕੰਮ ਹੋ ਰਹੇ ਨੇ, ਮੋਦੀ ਚਾਹੀਦਾ। ਦੇਖੋ ਜੀ, ਸੈਂਟਰ ਦੇ ਵਿੱਚ ਤਾਂ ਮੋਦੀ ਸਾਹਿਬ ਚੱਲ ਰਹੇ ਨੇ, ਤੋ ਵਧੀਆ ਸਰਕਾਰ ਚੱਲ ਰਹੀ ਹੈ, ਸੈਂਟਰ ਦੇ ਵਿੱਚ ਤਾਂ ਬਹੁਤ ਵਧੀਆ ਹੈਗੀ ਹੈ, ਪਰ ਪੰਜਾਬ ਦੇ ਵਿੱਚ ਹਾਲੇ ਕੋਈ ਬਹੁਤੀ ਵਧੀਆ ਗੱਲ ਲੱਗਦੀ ਨਹੀਂ ਪਈ ਸਾਨੂੰ। ਜਿਹੜੇ ਕੰਮ ਨੇ ਕੀਤੇ ਸਹੀ, ਹੁਣ ਸਿਲੰਡਰਾਂ ਦਾ ਰੇਟ ਘਟਾਇਆ ਉਹਨੇ, 100 ਰੁਪਏ 100 ਰੁਪਏ ਸਿਲੰਡਰ ਘਟਾਤਾ ਉਹਨੂੰ, ਹੋਰ ਵੀ ਬਥੇਰੇ ਉਹਨੇ ਕੰਮ ਕੀਤੇ ਹੈ। ਦੇਖਣ ਨੂੰ ਮਿਲਦਾ ਪਿਆ ਅੱਜ ਦਿਨ ਗੈਂਗਸਟਰ ਕਾਫੀ ਇਨਕਾਊਂਟਰ ਹੁੰਦੇ ਪਏ ਆ, ਕਾਫੀ ਨੱਥ ਪਾਈ ਗੈਂਗਸਟਰ ਨੂੰ ਵੀ ਲੈ ਕੇ। ਕਾਂਗਰਸ ਨੇ ਤਾਂ ਬੇੜਾ ਗਰਕ ਕਰਤਾ ਜੀ ਪੰਜਾਬ ਦਾ, ਬਿਲਕੁਲ ਕੁਛ ਨਹੀਂ ਕੀਤਾ ਉਹਨਾਂ ਨੇ। ਹਾਲਾਂਕਿ ਜਿਹੜੇ ਜਿੰਨੇ ਦਾਗੀ ਲੀਡਰ ਸੀਗੇ ਸਾਰੇ ਜਾ ਕੇ BJP 'ਚ ਸ਼ਾਮਿਲ ਹੋ ਗਏ ਨੇ, BJP ਵੈਸੇ ਹੀ ਇੱਕ ਡਿਟਰਜੈਂਟ ਵਧੀਆ ਲਾਇਆ ਉਹਨਾਂ ਨੇ ਜੀ। ਕਿਸੇ ਸਰਕਾਰ ਤੋਂ ਖੁਸ਼ ਕੋਈ ਨਹੀਂ ਜਾ ਕੇ ਜੀ। ਜੋ ਕਾਂਗਰਸ ਨੇ ਇੰਨੇ ਕੰਮ ਨਹੀਂ ਕੀਤੇ ਜੀ, ਜੋ BJP ਵਾਲੇ ਨੇ ਕੰਮ ਕੀਤੇ ਨੇ ਉਹ ਕਾਂਗਰਸ ਨੇ ਇੰਨੇ ਕੰਮ ਕੀਤੇ ਨਹੀਂ ਹੈਗੇ। ਆਪ ਸਰਕਾਰ ਤਾਂ ਕਾਫੀ ਹੱਦ ਤੱਕ ਠੀਕ ਹੈ। ਹਾਂਜੀ, BJP ਸਰਕਾਰ ਜੇ ਮੋਦੀ ਸੈਂਟਰ 'ਚ ਹੈਗਾ ਤਾਂ ਫਿਰ ਪੰਜਾਬ 'ਚ BJP ਸਰਕਾਰ ਹੋਣੀ ਚਾਹੀਦੀ ਹੈ ਵੈਸੇ ਤਾਂ। BJP ਦੀ ਸਰਕਾਰ ਆਉਣੀ ਚਾਹੀਦੀ। ਕਾਂਗਰਸ ਦੀ ਸਰਕਾਰ ਬਾਰੇ ਕੀ ਕਹਿਣਾ ਚਾਹੋ? ਕਾਂਗਰਸ ਨਹੀਂ ਆਉਣੀ ਚਾਹੀਦੀ। ਹੁਣ ਪਿੱਛੇ ਕਾਫੀ ਐਗਜ਼ਾਮ ਕਲੀਅਰ ਹੋਇਆ, ਛੋਟੇ ਪੱਧਰ ਦੇ ਬੰਦੇ, ਇੱਕ ਛੋਟੇ ਘਰ ਤੋਂ ਉੱਠਦੇ ਉੱਠਦੇ ਬੰਦੇ ਵਧੀਆ ਜੋਬ ਲੱਭ ਰਹੇ ਆ, ਸਰਕਾਰੀ ਨੌਕਰੀ ਛੋਟੇ ਛੋਟੇ ਬੰਦਿਆਂ ਨੂੰ ਵੀ ਲੱਭ ਰਹੀ ਹੈ, ਅਤੇ ਇਹ ਨਵੀਂ ਸਰਕਾਰ ਦੀ ਦੇਣੀ ਹੈ। ਫਿਲਹਾਲ ਦੇਖਿਆ ਜਾਵੇ ਤਾਂ ਆਮ ਆਦਮੀ ਪਾਰਟੀ ਵਧੀਆ ਕੰਮ ਕਰ ਰਹੀ ਹੈ ਪੰਜਾਬ ਦੇ ਵਿੱਚ ਐਟਲੀਸਟ। ਭਾਜੀ, ਕਾਂਗਰਸ ਨੇ ਦੇਖੋ ਕੀਤਾ ਕੁਛ ਨਹੀਂ, ਕਾਂਗਰਸ ਤਾਂ ਸਟਾਰਟਿੰਗ ਤੋਂ ਲੈ ਕੇ ਐਂਡ ਤੱਕ 40 ਪਈ ਰਹੀ ਹੈ। ਪਹਿਲਾਂ ਨਵਜੋਤ ਸਿੱਧੂ ਵਾਲੀ ਫੁੱਟ ਰਹੀ ਹੈ, ਫਿਰ ਰਾਜਾ ਵੜਿੰਗ ਆ ਗਿਆ, ਆਸ਼ੂ ਸਾਹਿਬ ਦੇ ਥੋੜ੍ਹੇ ਕੇਸ ਆਏ ਨੇ ਲੁਧਿਆਣੇ ਦੇ ਵਿੱਚ, ਬਾਕੀ ਹੁਣ ਕੈਪਟਨ ਅਮਰਿੰਦਰ ਸਿੰਘ ਨੇ ਉਹ ਆਪਣਾ ਬੁਰੀਆ ਬਿਸਤਰਾ ਬੰਨ ਕੇ BJP 'ਚ ਪਹੁੰਚ ਗਏ ਨੇ। ਬਿਜਲੀ ਦੇ ਬਿੱਲ ਦਾ ਤਾਂ ਕੋਈ ਇਹਨਾਂ ਦਾ ਬਣਿਆ ਹੀ ਨਹੀਂ, ਬਿਜਲੀ ਦੇ ਬਿੱਲ ਤਾਂ ਚਲੋ ਕਿਸੇ ਨੂੰ ਕਰਤੇ, ਗਰੀਬਾਂ ਨੂੰ ਥੋੜ੍ਹਾ ਜਿਹਾ ਫਰਕ ਪਿਆ, ਅਮੀਰਾਂ ਨੂੰ ਤਾਂ ਕੋਈ ਫਰਕ, ਹੁਣ ਸਭ ਦੇ ਘਰਾਂ ਦੇ ਬਿੱਲ ਆਉਂਦੇ ਹੀ ਪਏ ਨੇ। ਮੋਦੀ ਹੀ ਚਾਹੀਦਾ, ਮੋਦੀ ਤੋਂ ਬਿਨਾਂ ਕੋਈ ਹੋਰ ਕੋਈ ਸਰਕਾਰ ਨਹੀਂ ਚਾਹੀਦੀ। ਆਪ ਵਾਲਿਆਂ ਦੀ ਦੇਖੋ ਜੀ, ਬਹੁਤੀਆਂ ਗੱਲਾਂ ਤਾਂ ਪੂਰੀਆਂ ਹੋਈਆਂ ਹੀ ਨਹੀਂ ਹੈਗੀਆਂ, ਹਾਂਜੀ, ਇਸ ਕਰਕੇ ਥੋੜ੍ਹਾ ਕੋਈ ਲੱਗ ਨਹੀਂ ਰਿਹਾ ਕੋਈ ਬਹੁਤਾ, ਕੋਈ ਬੇਰੁਜ਼ਗਾਰੀ ਵੀ ਬਹੁਤ ਹੈ, ਕੋਈ ਰੁਜ਼ਗਾਰ ਨਹੀਂ ਮਿਲਿਆ ਬੱਚਿਆਂ ਨੂੰ, ਕੋਈ ਪ੍ਰੋਗਰੈਸ ਨਹੀਂ ਹੋਈ। ਆ ਹੁਣ ਪਿੱਛੇ ਸਾਡੇ ਇੱਧਰ 32 ਸੈਕਟਰ ਕੋਲ ਸਕੂਲ ਆਫ ਐਮੀਨੈਂਸ ਉਦਘਾਟਨ ਸੀ, 6ਵੀਂ ਤੋਂ ਸਕੂਲ ਸ਼ੁਰੂ ਹੈ। ਇਹਦਾ ਮੈਂ ਸਰਕਾਰੀ ਸਕੂਲਾਂ ਨੇ ਵੀ ਤਾਂ ਤਰੱਕੀ ਕੀਤੀ, ਹੁਣ ਪਹਿਲਾਂ ਬੱਚੇ ਸਕੂਲਾਂ 'ਚ ਪੜ੍ਹਦੇ ਸੀ, ਪ੍ਰਾਈਵੇਟ ਸਕੂਲਾਂ 'ਚ ਇੰਨੀਆਂ ਤਾਂ ਫੀਸਾਂ ਹੈ, ਆਮ ਬੰਦੇ ਦਾ ਵੈਸੇ ਹੀ ਕਮਰ ਟੁੱਟ ਜਾਂਦੀ ਹੈ। ਹੁਣ ਐਮੀਨੈਂਸ ਸਕੂਲ ਖੋਲ੍ਹਤੇ, 6ਵੀਂ ਤੋਂ ਸਕੂਲ ਹੈ, ਫੀਸਾਂ ਕੁਛ ਨਹੀਂ। ਹਾਂਜੀ, ਆਉਣ ਵਾਲੇ ਟਾਈਮ 'ਚ ਕੰਮਾਂ ਦੇ ਹਿਸਾਬ ਨਾਲ ਦੇਖਿਆ ਜਾਵੇ ਤਾਂ ਆਮ ਆਦਮੀ ਪਾਰਟੀ ਇਜ਼ ਡੂਇੰਗ ਵੈਰੀ ਗੁੱਡ। ਮੈਂ ਤਾਂ ਕਹੂੰਗਾ ਦਿੱਲੀ ਦੇ ਵਿੱਚ ਵੀ ਉਹਨਾਂ ਨੇ ਜਿਹੜਾ ਮਾਡਲ ਕ੍ਰੀਏਟ ਕੀਤਾ, ਪੰਜਾਬ ਦੇ ਵਿੱਚ ਵੀ ਜੋ ਕੰਮ ਕਰ ਰਹੇ ਨੇ ਫਿਲਹਾਲ ਤਾਂ ਬਾਕੀਆਂ ਨਾਲ ਤਾਂ ਬੈਟਰ ਕਰ ਰਹੇ ਨੇ। ਕਾਂਗਰਸ ਸਰਕਾਰ ਦੇ ਬਾਰੇ ਕੀ ਕਹਿਣਾ ਚਾਹੋਗੇ, ਉਹਨਾਂ ਦੇ ਕੰਮ ਕਿਸ ਤਰ੍ਹਾਂ ਦੇ ਲੱਗੇ? ਕਾਂਗਰਸ ਸਰਕਾਰ ਨੇ ਜਿਹੜੇ ਪਿੱਛੇ ਕੰਮ ਕੀਤੇ ਸੀਗੇ, ਚੰਨੀ ਦੇ ਵੇਲੇ ਥੋੜ੍ਹੇ ਕੰਮ ਅੱਛੇ ਹੋਏ ਸੀਗੇ,
ਹਾਂ ਉਹ ਚੰਨੀ ਸਾਹਿਬ ਫਿਰ ਥੋੜ੍ਹੀ ਦੇਰ ਰਹੇ ਨੇ ਅਤੇ ਹੁਣ ਵੀ ਉਮੀਦ ਕਰਦੇ ਹਾਂ ਅਸੀਂ ਵੀ ਜੇ ਕਾਂਗਰਸ ਸਰਕਾਰ ਆਉਂਦੀ ਹੈ ਤਾਂ ਕੰਮ ਵਧੀਆ ਹੀ ਹੋਣਗੇ। ਆਪ ਸਰਕਾਰ ਵੀ ਠੀਕ ਹੈ, ਉਹਨਾਂ ਨੇ ਬਿਜਲੀ ਮਾਫ਼ ਕੀਤੀ ਹੈ, ਸਭ ਲੋਕਾਂ ਦੀ ਹੈਲਪ ਕੀਤੀ ਹੈ, ਬਹੁਤ ਵੀ ਉਹਨਾਂ ਨੇ ਸਕੀਮ ਬਣਾਈ ਹੈ, ਉਹਨਾਂ ਰਾਸ਼ਨ ਫਰੀ ਦੇਣਗੇ ਸਭ, ਉਹਨੇ ਮਹੀਨੇ ਕਿੰਨੇ ਮਹੀਨੇ ਕਿਹਾ ਰਾਸ਼ਨ, ਭਗਵੰਤ ਮਾਨ ਜੀ ਕਿਹਾ ਰਾਸ਼ਨ ਫਰੀ ਦੇਵਾਂਗਾ। ਬਿੱਲ ਵੀ ਮਾਫ਼ ਹੋਇਆ, ਮੈਂ ਦੇਖਿਆ ਵਾ ਮੇਰਾ ਪਿਛਲਾ ਬਿੱਲ ਆਇਆ ਸੀਗਾ ਅਤੇ ਉਹ 'ਚ ਰਿਡਿਊਸ ਹੋ ਕੇ ਆਇਆ ਸੀ, ਅਤੇ ਮੈਂ ਤਾਂ ਦੇਖੋ ਮਾਨ ਸਰਕਾਰ ਨੂੰ ਵੀ ਵੋਟ ਪਾਊਂਗਾ, ਅਕੋਰਡਿੰਗ ਟੂ ਮੀ ਚੱਲੂੰਗਾ ਤੁਹਾਨੂੰ।